सत श्रीकाल महकदीप जी, थानू ते नाल नाल सांझा पंजाब दे सारे ही दर्शकों मेरे वालों प्यार भरी सत श्रीकाल। सो बलबीर जी, तुसी सानू दसोंगे के ग्लूटाथियोन दा साडी बॉडी विच ते स्किन ग्लो दे विच की रोल हुंदा है? बिल्कुल महकदीप जी, मैं कहना चाहनी ग्लूटाथियोन एक इदां दा तत हैगा जिहड़ा साडी स्किन ग्लो लई ते साडी बॉडी दे लई बहुत वड्डी अहमियत रखदा हैगा। इहदी सब तों वड्डी अहमियत इह हैगी कि चमड़ी परमात्मा ने किसी नूं गोरी दित्ती, काली दित्ती जां मीडियम किसी का कलर हैगा, बट उहदे ते जे चमक आ जावे ते फिर एक वक्खरी जिहड़ी गल बण जांदी हैगी आ। उहदे लई इह असीं अपनी जिहड़ी आ बॉडी आप बनाउणा हुंदा बॉडी ने, ते असीं इहनूं हासिल करना हुंदा नैचुरल चीज़ां तों। प्रोडक्ट लगाउणा वक्खरी गल आ, प्रोडक्ट सप्लीमेंट खाणा एक वक्खरी चीज़ आ, बट जिहड़ी चीज़ असीं घर अपने अपनी किचन चों हासिल करनी आ, देसी चीज़ां चों लैणी आ, घर दीआं चीज़ां चों लैणी आ, ग्लूटाथियोन साडी स्किन नूं ग्लो चमक दमक दे लई बहुत ही अहमियत रखदा, ते नाल नाल साडीआं दिमाग दीआं नाड़ां नूं ते साडे लिवर लई ते साडी रंग नूं मोर ग्लो करन लई, गोरा करन लई। मैं इह नहीं कहिंदी कि जे तुहाडा रंग काफ़ी सावला तुसीं चिट्टे हो जाओगे, बट तुहाडे स्किन ते चमक आ जाएगी विद इन वन मंथ। इस तरीके दे नाल इह साडी बॉडी दे विच कम करदा जिहदा असीं सहारा लै के अपनी चमड़ी नूं ग्लो कर सकदे हैगे आ। बिल्कुल। सो बलवीर जी, आपां ग्लूटाथियोन नूं ਕਿਹੜੀਆਂ ਕਿਹੜੀਆਂ ਚੀਜ਼ਾਂ ਚੋਂ ਲੈ ਸਕਦੇ ਹਾਂ, ਲਾਈਕ ਆਪਣੇ ਕਿਚਨ ਦੇ ਵਿੱਚ ਅਸੀਂ ਕਿਹੜੇ ਕਿਹੜੇ ਚੀਜ਼ਾਂ ਜਾਂ ਥਿੰਗਸ ਆ ਉਹਨਾਂ ਤੋਂ ਲੈ ਸਕਦੇ ਹਾਂ? ਬਿਲਕੁਲ, ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ। ਮੈਂ ਕਹਿ ਸਕਦੀ ਕਿ ਗਲੂਟਾਥਿਓਨ ਆ ਜਿਹੜਾ ਉਹ ਸਾਡੀ ਬਾਡੀ ਨੇ ਇਹਨਾਂ ਚੀਜ਼ਾਂ ਤੋਂ ਬਣਾਉਣਾ ਹੁੰਦਾ। ਉਹਨਾਂ ਚੀਜ਼ਾਂ ਦੇ ਵਿੱਚ ਗਰਲਿਕ ਆ ਜਾਂਦਾ, ਬਦਾਮ ਆ ਜਾਂਦਾ, ਮਸ਼ਰੂਮ ਆ ਜਾਂਦੇ ਆ, ਤੇ ਵਿਟਾਮਿਨ ਸੀ ਦਾ ਇਹਦੇ ਨਾਲ ਸਮੇਲ ਜ਼ਰੂਰੀ ਹੁੰਦਾ। ਜਦੋਂ ਇਹ ਵਿਟਾਮਿਨ ਸੀ ਦੇ ਨਾਲ ਮਿਲ ਗਿਆ ਤੇ ਸਾਡੀ ਦਿਨ ਬਾ ਦਿਨ ਸਕਿਨ ਤੇ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ, ਤੇ ਨਾਲ ਨਾਲ ਜਿੱਦਾਂ ਕਹਿ ਦਈਏ ਚੁਕੰਦਰ, ਬੀਟ ਰੂਟਸ ਨੂੰ ਲੈ ਲਿਆ ਜਾਵੇ, ਬਦਾਮਾਂ ਨੂੰ ਲੈ ਲਿਆ ਜਾਵੇ, ਇਹਨਾਂ ਚੀਜ਼ਾਂ ਦੀ ਹੈਲਪ ਲੈ ਕੇ ਅਸੀਂ ਆਪਣੇ ਰਲੇ ਮਿਲੇ ਭੋਜਨ ਦੇ ਵਿੱਚ ਜਿਵੇਂ ਇਹਨਾਂ ਨੂੰ ਰੈਸਪੀਜ਼ ਨੂੰ ਹਰ ਵੀਕ ਐਡ ਕਰਦੇ ਜਾਈਏ, ਤਾਂ ਅਸੀਂ ਆਪਣੀ ਕਿਚਨ ਦੇ ਵਿੱਚੋਂ ਇਹਨਾਂ ਦੇਸੀ ਚੀਜ਼ਾਂ ਤੋਂ ਗਲੂਟਾਥਿਓਨ ਨੂੰ ਲੈ ਕੇ ਸਾਡੀ ਸਕਿਨ ਨੂੰ, ਸਾਡੀ ਚਮੜੀ ਨੂੰ ਨਿਖਾਰ ਕਰ ਸਕਦੇ ਹਾਂ। ਨਾਲ ਨਾਲ ਮੈਂ ਇਹ ਕਹਿਣਾ ਚਾਹੁੰਦੀ ਕਿ ਬਾਡੀ ਦੇ ਵਿੱਚ ਇਹ ਆਕਸੀਜਨ ਨਾਲ ਐਨਰਜੀ ਨੂੰ ਰਿਲੀਜ਼ ਕਰਦਾ ਤੇ ਡੀਟੌਕਸ ਵੀ ਕਰਦਾ ਹੈਗਾ। ਕਈ ਵਾਰੀ ਇਹ ਹੁੰਦਾ ਕਿ ਸਾਡੇ ਸੈਲਸ ਬੜੇ ਅੰਦਰੋਂ ਡੈਮੇਜ ਹੋਏ ਹੁੰਦੇ ਆ, ਉਹਨਾਂ ਨੂੰ ਵੀ ਇਹ ਰਿਪੇਅਰ ਕਰਦਾ। ਵਿਟਾਮਿਨ ਸੀ ਦੀ ਇਹਦੇ ਨਾਲ ਜ਼ਰੂਰ ਲੋੜ ਹੁੰਦੀ ਆ, ਤੇ ਜਿਵੇਂ ਕਹਿ ਦਈਏ ਕਿ ਬਾਡੀ ਨੂੰ ਫਿਊਲ ਦੀ ਲੋੜ ਹੁੰਦੀ, ਜਿਹੜੀ ਬਾਡੀ ਵਿੱਚ ਗਲੂਟਾਥਿਓਨ ਜ਼ਿਆਦਾ ਹੈਗਾ ਉਸ ਬੰਦੇ ਦੀ ਐਨਰਜੀ, ਉਹਦੀ ਜਿਹੜੀ ਆ ਫਿਟਨੈਸ ਐਬਸੋਲਿਊਟਲੀ ਜਿਹੜੀ ਟੌਪ 'ਤੇ ਹੋਏਗੀ, ਅਤੇ ਉਹ ਹਰ ਟਾਈਮ ਖੁਸ਼ੀ ਮਹਿਸੂਸ ਵੀ ਕਰੇਗਾ, ਅਤੇ ਨਾਲ ਨਾਲ ਉਹ ਆਪਣੀ ਸਮੂਦੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਡ ਕਰਕੇ ਆਪਣੀ ਸਕਿਨ ਨੂੰ ਅਤੇ ਆਪਣੀ ਬਾਡੀ ਨੂੰ ਅੰਦਰੋਂ ਬਹੁਤ ਹੱਦ ਤੱਕ ਜਿਹੜਾ ਇੰਪਰੂਵ ਕਰ ਸਕਦਾ ਹੈਗਾ। ਬਿਲਕੁਲ। ਸੋ ਬਲਵੀਰ ਜੀ, ਤੁਸੀਂ ਜੋ ਸਾਨੂੰ ਇਹ ਸਾਰੀਆਂ ਚੀਜ਼ਾਂ ਦੱਸੀਆਂ ਹਨ, ਸੋ ਇਸ ਨੂੰ ਲੈਣ ਦਾ ਲਾਈਕ ਕਿਹੜਾ ਸਮਾਂ ਸਭ ਤੋਂ ਬਿਹਤਰ ਹੋਏਗਾ, ਲਾਈਕ ਮਾਰਨਿੰਗ ਟਾਈਮ ਕਿ ਬੈੱਡ ਟਾਈਮ? ਬਿਲਕੁਲ, ਮੈਂ ਮਹਿਕਦੀਪ ਜੀ, ਇਸ ਤੋਂ ਪਹਿਲਾਂ ਆਪਾਂ ਇੱਕ ਗੱਲ ਕਰਨੀ ਭੁੱਲ ਗਏ ਕਿ ਆਪਾਂ 6 ਚੀਜ਼ਾਂ ਦੇ ਸਮੇਲ ਤੋਂ ਇਹ ਲੈਣਾ ਆ ਜਿਹੜੀਆਂ ਕਿਚਨ ਦੇ ਵਿੱਚ ਅਸੀਂ ਹਾਸਲ ਕਰਨੀਆਂ। ਮੈਂ ਦੱਸਣਾ ਚਾਹੁੰਦੀ ਹੈਗੀ ਹਾਂ, 4 ਚਮਚ ਤੁਸੀਂ ਖਸਖਸ ਦੇ ਲੈਣੇ ਹੈਗੇ ਆ, ਅਤੇ 4 ਚਮਚ ਹੀ ਤੁਸੀਂ ਆਮਲੇ ਦਾ ਪਾਊਡਰ ਲੈਣਾ ਹੈਗਾ ਆ, 4 ਚਮਚ ਜਿਹੜੇ ਹੈ ਕਿ ਮਹਿਕਦੀਪ ਆਪਾਂ ਮਲੱਠੀ ਦੇ ਐਡ ਕਰਨੇ ਆ, ਤੇ ਅੱਧਾ ਚਮਚ ਅਸੀਂ ਕੇਸਰ ਦਾ ਐਡ ਕਰਨਾ ਆ, 2 ਚਮਚ ਅਸੀਂ ਨੈਚੁਰਲ ਘਰ ਦੀ ਬਣੀ ਹੋਈ ਹਲਦੀ ਐਡ ਕਰ ਸਕਦੇ ਹਾਂ, ਤੇ ਇਹਦੇ ਵਿੱਚ 10 ਬਦਾਮ ਐਡ ਕਰਨੇ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀ ਕੇ ਪਾਊਡਰ ਦੀ ਕੁਆਂਟਿਟੀ 60 ਗ੍ਰਾਮ ਤੱਕ ਬਣਾਈ ਜਾਵੇ, ਉਹਦੀ ਜਿਹੜੀ ਆ 1 ਮਹੀਨੇ ਤੱਕ ਵੈਲਿਡਿਟੀ ਹੋਵੇ ਕਿ ਅਸੀਂ ਉਹਨੂੰ ਮਹੀਨੇ 'ਚ ਖਤਮ ਕਰਨਾ, ਤੇ ਅਸੀਂ ਉਹਨੂੰ ਦਿਨ ਦੇ ਵਿੱਚ ਕਿਸੇ ਵੀ ਟਾਈਮ ਲੈ ਸਕਦੇ ਹਾਂ। ਲੈਣਾ ਕਾਹਦੇ ਨਾਲ ਆ? ਦੁੱਧ ਦੇ ਨਾਲ, 1 ਕੱਪ ਦੁੱਧ ਦੇ ਨਾਲ ਆਪਾਂ 1 ਚਮਚ ਦਿਨ ਦੇ ਵਿੱਚ ਲਈਏ। ਜਦੋਂ ਤੁਹਾਡੇ 21 ਦਿਨ ਹੋ ਜਾਣ ਤਾਂ ਤੁਹਾਨੂੰ ਆਪਣੀ ਸਕਿਨ 'ਤੇ ਨਿਖਾਰ ਆਉਣਾ ਜਿਹੜਾ ਉਹ ਆਟੋਮੈਟਿਕਲੀ ਹੋ ਜਾਏਗਾ ਕਿ ਹਾਂ ਸਾਡੀ ਸਕਿਨ ਗਲੋ ਹੋ ਰਹੀ ਆ। ਸੋ ਅਸੀਂ ਦਿਨ ਦੇ ਵਿੱਚ ਕਿਸੇ ਵੀ ਟਾਈਮ ਲੈ ਸਕਦੇ ਹਾਂ। ਮੈਂ ਦੁਬਾਰਾ ਫਿਰ ਰਿਪੀਟ ਕਰਦੀ ਹਾਂ, ਖਸਖਸ 4 ਚਮਚ, ਆਮਲਾ ਪਾਊਡਰ 4 ਚਮਚ, ਮੁਲੱਠੀ ਦੇ ਵੀ 4 ਚਮਚ, ਕੇਸਰ ਅੱਧਾ ਚਮਚ, ਹਲਦੀ 2 ਚਮਚ, 10 ਬਦਾਮ, ਸਾਰਿਆਂ ਨੂੰ ਪੀਸ ਕੇ ਇਹਨਾਂ ਦਾ ਇੱਕ ਕੰਟੇਨਰ ਭਰ ਲਿਆ ਜਾਵੇ, ਜਿਹਦੇ ਨਾਲ ਅਸੀਂ ਆਪਣੀ ਸਕਿਨ ਨੂੰ ਦਿਨ ਬ ਦਿਨ ਹੀ ਜਿਹੜੀ ਗਲੋ ਹੁੰਦੇ ਦੇਖ ਸਕਦੇ ਹੈਗੇ ਹਾਂ।
ਹਾਂਜੀ ਸੋ ਬਲਵੀਰ ਜੀ ਗਲੂਟਾਥਿਓਨ ਦਾ ਹੋਰ ਸਾਡੀ ਬੋਡੀ ਦੇ ਵਿੱਚ ਕੀ ਕੀ ਰੋਲ ਹੁੰਦਾ ਹੈ ਸਾਡੀ એનર્ਜੀ ਨੂੰ ਬਹੁਤ ਹੀ ਹਾਈ ਰੱਖਦਾ ਆ ਤੇ ਸਾਡੀ ਚਮੜੀ ਨੂੰ ਤਾਂ ਜਿਹੜਾ ਹੈਗਾ ਬੈਟਰ ਹੈਲਪ ਕਰਦਾ ਹੀ ਆ ਤੇ ਨਾਲ ਨਾਲ ਜਿਹੜਾ ਸਾਡਾ ਲਿਵਰ ਆ ਉਹ ਫੰਕਸ਼ਨ ਬਹੁਤ ਵਧੀਆ ਕਰਦਾ ਤੇ ਕਈ ਵਾਰੀ ਇਹ ਹੁੰਦਾ ਕਿ ਸਾਡੇ ਸੈਲਸ ਜਿਹੜੇ ਆ ਜਦੋਂ ਡੈਮੇਜ ਹੁੰਦੇ ਅਸੀਂ ਬਿਮਾਰੀ ਨਾਲ ਫਾਈਟ ਨਹੀਂ ਕਰ ਸਕਦੇ ਗਲੂਟਾਥਿਓਨ ਜਿਹਦੀ ਬਾਡੀ ਦੇ ਵਿੱਚ ਪ੍ਰੋਪਰ ਤਰੀਕੇ ਦਾ ਹੈਗਾ ਜੇ ਉਹ ਸਿੱਕ ਬੰਦਾ ਹੋ ਜਵੇ ਤਾਂ ਉਹਦਾ ਇਮਿਊਨ ਸਿਸਟਮ ਇਮਿਊਨਿਟੀ ਵਧਾਉਣ 'ਚ ਕੰਮ ਕਰਦਾ ਚੁਕੰਦਰ ਹੋ ਗਿਆ ਵੀਟ ਰੂਟਸ ਹੋ ਗਿਆ ਵਾਈਟਾਮਿਨ ਸੀ ਜਿਹੜਾ ਹੈਗਾ ਜਿਵੇਂ ਲੈਮਨ ਹੋ ਗਿਆ ਸੰਤਰੇ ਹੋ ਗਏ ਇਹਨਾਂ ਚੀਜ਼ਾਂ ਨੂੰ ਇਸ ਜਿਹੜਾ ਸੁਮੇਲ ਇਹਦੇ ਨਾਲ ਕਰਕੇ ਖਾਓ ਜਿਵੇਂ ਮੈਂ ਚਮਚਾ ਦੱਸਿਆ ਤੇ ਤੁਸੀਂ ਇਹਦੇ ਵਿੱਚ ਜੇ ਤੁਸੀਂ ਲੈਮਨ ਨੂੰ ਵੀ 4 ਡ੍ਰੌਪ ਪਾਉਣੇ ਚਾਹੁੰਦੇ ਤਾਂ ਪਾ ਸਕਦੇ ਆ ਬਿਨਾਂ ਦੁੱਧ ਤੋਂ ਤੁਸੀਂ ਪਾਣੀ ਦੇ ਵਿੱਚ ਲੈਮਨ ਨਾਲ ਲੈ ਸਕਦੇ ਆ ਦੁੱਧ ਦੇ ਨਾਲ ਤਾਂ ਤੁਸੀਂ ਐਬਸੋਲੂਟਲੀ ਲੈਣਾ ਹੁੰਦਾ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੇਰੇ ਫੋਨ ਤੇ ਵੀ ਇਹਦੀ ਇਨਫੋਰਮੇਸ਼ਨ ਲੈ ਸਕਦੇ ਹੈਗੇ ਆ ਸੋ ਬਲਵੀਰ ਜੀ ਗਲੂਟਾਥਿਓਨ ਤੋਂ ਇਲਾਵਾ ਤੁਸੀਂ ਲਾਈਕ ਫੇਸ਼ੀਅਲ ਦੀਆਂ ਵੀ ਸੇਵਾਵਾਂ ਲੋਕਾਂ ਨੂੰ ਦਿੰਦੇ ਹੋ ਬਿਲਕੁਲ ਹਾਂਜੀ ਮਹਿਕਦੀਪ ਜੀ ਇਹ ਆ ਕਿ ਜਿਵੇਂ ਹੁਣ ਆਪਾਂ ਕੋਵਿਡ 'ਚ ਫਸੇ ਰਹੇ ਹੈਗੇ ਸਕਿਨ ਸਾਰਿਆਂ ਦੀ ਬਹੁਤ ਡੱਲ ਹੋਈ ਹੈਗੀ ਆ ਮੈਂ ਕੀ ਹੈ ਘਰ ਦੀਆਂ ਰੈਮਡੀਜ਼ ਕੋਈ ਪ੍ਰੋਡਕਟ ਤੋਂ ਨਹੀਂ ਕੋਈ ਸਪਲੀਮੈਂਟ ਤੋਂ ਇੱਕ ਵੱਖਰੀ ਸਟੋਰੀ ਹੋ ਜਾਂਦੀ ਬਟ ਆਪਾਂ ਹੋਮ ਰੈਮਡੀ ਨੂੰ ਅਜਮਾਉਣਾ ਤੇ ਨਾਲ ਨਾਲ ਨੈਚੁਰਲ ਫੇਸ਼ੀਅਲ ਆਕਸੀ ਗਲੋ ਫੇਸ਼ੀਅਲ ਉਹ ਅਸੀਂ ਆਪਣੇ ਕਲਾਇੰਟਸ ਨੂੰ ਦਿੰਦੇ ਹੈਗੇ ਆ ਤੇ ਉਹ ਜਦੋਂ ਦੋਨਾਂ ਦਾ ਜਦੋਂ ਘਰ ਦੀ ਰੈਮਡੀ ਨੂੰ ਤੇ ਫੇਸ਼ੀਅਲ ਲੈਂਦੇ ਉਹਨਾਂ ਦੀ ਸਕਿਨ ਜਿਹੜੀ ਗਲੋ ਹੋ ਜਾਂਦੀ ਪਿਗਮੈਂਟੇਸ਼ਨ ਜਾਂ ਕਈ ਵਾਰੀ ਐਕਨੀ ਦੇ ਸਕਾਰਸ ਹੋ ਜਾਂਦੇ ਜਾਂ ਬਹੁਤ ਸਾਰੇ ਹੋਰ ਇਸ਼ੂਜ਼ ਹੋ ਜਾਂਦੇ ਨਾ ਸੋ ਅਸੀਂ ਆਪਣੀਆਂ ਫੇਸ਼ੀਅਲ ਦੀਆਂ ਸੇਵਾਵਾਂ ਵੀ ਦਿੰਦੇ ਹਾਂ ਕਿਸੇ ਵੀ ਦਰਸ਼ਕ ਨੂੰ ਕੋਈ ਕੁਐਸਚਨ ਹੈ ਮੈਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਆ ਅਪਾਇੰਟਮੈਂਟ ਬਣਾ ਕੇ ਮੇਰੇ ਤੋਂ ਫੇਸ਼ੀਅਲ ਵੀ ਕਰਵਾ ਸਕਦੇ ਤੇ ਨਾਲ ਨਾਲ ਸਾਡੇ ਇਹ ਦੇਸੀ ਰੈਮਡੀਜ਼ ਵੀ ਜਾਣਕਾਰੀ ਲੈ ਸਕਦੇ ਹੈਗੇ ਆ ਜੀ ਬਿਲਕੁਲ ਸੋ ਬਲਵੀਰ ਜੀ ਇਸ ਦੀ ਡਿਲੀਵਰੀ ਬਾਰੇ ਤੁਸੀਂ ਬਿਲਕੁਲ ਮਹਿਕਦੀਪ ਮੈਂ ਕਹਿਣਾ ਚਾਹੁੰਦੀ ਕਿ ਡਿਲੀਵਰੀ ਜਿਹੜੀ ਹੈਗੀ ਆ 24 ਆਵਰ ਦੇ ਵਿੱਚ ਦਰਸ਼ਕ ਨੂੰ ਉਹਨਾਂ ਦੀ ਜਗ੍ਹਾ ਤੇ ਪਹੁੰਚਾਈ ਜਾਂਦੀ ਆ ਜਿਹੜੇ ਫੈਡਕਸ ਰਾਹੀਂ ਲੈਂਦੇ ਹੈਗੇ ਆ ਤੇ ਉਹ ਵਿਦਨ 24 ਆਵਰ ਪ੍ਰੋਡਕਟ ਲੈ ਕੇ ਤੇ ਆਪਣਾ ਭਾਰ ਵੀ ਘਟਾਉਣਾ ਸ਼ੁਰੂ ਕਰਦੇ ਤੇ ਨਾਲ ਨਾਲ ਸਕਿਨ ਦੀ ਜਿਹੜੀ ਉਹਨਾਂ ਨੂੰ ਜਾਣਕਾਰੀ ਲੋੜ ਆ ਕੀ ਕਿੱਥੋਂ ਲੈਣਾ ਕੀ ਕਰਨਾ ਕਿਹੜਾ ਅਸੀਂ ਪ੍ਰੋਡਕਟ ਸਕਿਨ ਕੇਅਰ ਲਈ ਸਾਨੂੰ ਚਾਹੀਦਾ ਉਹ ਅਸੀਂ ਉਹਨਾਂ ਨੂੰ ਸ਼ਿਪ ਕਰ ਦਿੰਦੇ ਆ ਸੋ ਆਪਾਂ ਅੰਦਰ ਕਿਚਨ ਦੇ ਵਿੱਚੋਂ ਚੀਜ਼ਾਂ ਨੇ ਤੇ ਨਾਲ ਨਾਲ ਸਪਲੀਮੈਂਟ ਲਈ ਜਿਹੜੇ ਸਾਡੇ ਆਊਟਰ ਨਿਊਟ੍ਰੀਸ਼ਨ ਸਕਿਨ ਤੇ ਲਗਾਉਣ ਵਾਲੇ ਪ੍ਰੋਡਕਟ ਆ ਉਹਨਾਂ ਨੂੰ ਪ੍ਰੋਵਾਈਡ ਕਰ ਦਿੰਦੇ ਆ ਉਹਦੇ ਨਾਲ ਉਹ ਆਪਣੀ ਸਕਿਨ ਨੂੰ ਬਹੁਤ ਵਧੀਆ ਤੱਕ ਹੈਲਥੀ ਕਰ ਸਕਦੇ ਆ ਸੋ ਮੈਂ ਆਸ ਕਰਦੀ ਹਾਂ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਟੌਪਿਕ ਤੇ ਸਾਡੀ ਇੰਟਰਵਿਊ ਪਸੰਦ ਆਈ ਹੋਵੇਗੀ ਨੈਕਸਟ ਵੀਕ ਮੈਂ ਤੇ ਮਹਿਕਦੀਪ ਜੀ ਅਸੀਂ ਫਿਰ ਤੁਹਾਡੇ ਲਈ ਹਾਜ਼ਰ ਹੋਵਾਂਗੇ ਤਦ ਤੱਕ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਰੱਬ ਰਾਖਾ